ਸਾਡੀ ਗੱਲ ਨੂੰ ਬਿਨਾ ਸੁਣੇ ਤੋਂ ਧੱਕੇ ਨਾਲ ਇਹ ਪੱਕੀਆਂ ਕਰ ਜਾਣਗੇ ਲਫਾਫਾ ਪਾ ਕੇ ਇਹ ਫਰੀ ਕੇ ਪੱਤਣ ਤੱਕ ਲੈ ਜਾਣਗੇ ਤਾਂ ਪੱਤਾ ਹੀ ਪਾੜ ਦੇਣਾ ਨਾ ਇੱਕ ਡਲੀ ਕਿਸੇ ਕੰਕਰੀਟ ਦੀ ਕਿਸੇ ਬਜਰੀ ਦੀ ਤੇ ਨਾ ਲਫਾਫਾ ਪੈਣ ਦੇਣਾ ਸਾਰੀ ਲੜਾਈ ਇੱਥੇ ਨਹੀਂ ਮੁੱਕਣੀ ਵੀ ਅੱਜ ਤੁਸੀਂ ਇਹ ਨਹਿਰਾਂ ਪੱਕੀਆਂ ਕਰਨ ਤੋਂ ਰੋਕ ਦੋਗੇ ਲੜਾਈ ਮੁੱਕ ਗਈ ਪੰਜਾਬ ਬੰਜਰ ਹੋਣ ਦੇ ਕਿਨਾਰੇ ਆ ਕੇ ਖੜ ਗਿਆ ਸਾਡੇ ਕੋਲ 10 ਸਾਲ ਦਾ 15 ਸਾਲ ਦਾ ਪਾਣੀ ਬਚਿਆ ਖੋ ਕੇ ਪਾਣੀ ਤੁਸੀਂ ਸਾਡਾ ਲੈ ਗਏ ਆ ਇਹ ਪਾਣੀ ਅਸੀਂ ਪੰਜਾਬ ਮੋੜ ਕੇ ਲਿਆਉਣਾ ਇਹ ਨਰਾਂ ਦੇ ਨੱਕੇ ਮਾਰਨੇ ਪੈਣੇ ਆ ਤੇ ਇਹ ਨੱਕੇ ਪੰਜਾਬ ਦੇ ਲੋਕ ਉੱਠ ਕੇ ਮਾਰਨਗੇ ਅੱਜ ਇੱਕ ਮਾਰਚ ਵੀ ਕੱਢਿਆ ਫਰੀਦਕੋਟ ਪਹੁੰਚਿਆ ਤੁਸੀਂ ਇੱਥੇ ਅੱਜ ਜਲ ਜੀਵਨ ਬਚਾਓ ਮੋਰਚਾ ਵੱਲੋਂ ਅੱਜ ਸ਼ਹਿਰ ਫਰੀਦਕੋਟ ਦੇ ਅੰਦਰ ਇੱਕ ਮਾਰਚ ਰੱਖਿਆ ਗਿਆ ਰੋਕਣ ਦਾ ਤਾਂ ਛੱਡੋ ਅਸੀਂ ਇੱਕ ਤੁਹਾਨੂੰ ਕਹਿਤਾ ਵੀ ਜਿਹੜੀ ਝਾਲ ਮਚਾਕੀ ਮਲ ਸਿੰਘ ਵਾਲਾ ਉਹ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਨੂੰ ਇਹ ਐਂ ਸਾਡੀ ਗੱਲ ਨੂੰ ਬਿਨਾ ਸੁਣੇ ਤੋਂ ਧੱਕੇ ਨਾਲ ਇਹ ਪੱਕੀਆਂ ਕਰ ਜਾਣਗੇ ਲਫਾਫਾ ਪਾ ਕੇ ਇਹ ਫਰੀ ਕੇ ਪੱਤਣ ਤੱਕ ਲੈ ਜਾਣਗੇ ਤਾਂ ਪੱਤਾ ਹੀ ਪਾੜ ਦੇਣਾ ਨਾ ਇੱਕ ਡਲੀ ਕਿਸੇ ਕੰਕਰੀਟ ਦੀ ਕਿਸੇ ਬਜਰੀ ਦੀ ਤੇ ਨਾ ਲਫਾਫਾ ਪੈਣ ਦੇਣਾ ਕਿਉਂਕਿ ਉਹ ਜਿਹੜੇ ਪਿੰਡ ਨੇ ਪਿਛਲੇ ਪਿੰਡਾਂ ਦੀ ਸਮੱਸਿਆ ਇਹ ਹੈ ਝੰਬੇਲ ਵਾਲੀ ਤੋਂ ਲੈ ਕੇ ਮਚਾਕੀ ਮਲ ਸਿੰਘ ਤੱਕ ਕਿ ਉਹ ਕਹਿੰਦੇ ਸਾਡੇ ਸੇਮ ਆ ਇਹ ਉਹ ਅਸੀਂ ਗਏ ਵੀ ਹਾਂ ਪਿੰਡਾਂ 'ਚ ਪਰ ਉਹ ਲੋਕ ਲਫਾਫਾ ਪਾਉਣ 'ਚ ਆਪ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਵੀ ਆਪਸ ਵਿੱਚ ਲੋਕਾਂ ਨਾਲ ਟਕਰਾਅ ਹੋਵੇ ਇਸ ਕਰਕੇ ਉਹਨਾਂ ਨੇ ਇਹਨਾਂ ਨੇ ਟੈਂਡਰ ਕੀਤਾ ਸੀਗਾ ਐਤਕੀ ਜਿਹੜਾ ਇਹ ਇਹਨਾਂ ਨੇ ਟੈਂਡਰ ਐਤਕੀ 50 ਕਿਲੋਮੀਟਰ ਦਾ ਟੈਂਡਰ ਸੀ ਜਿਹੜੇ ਕੁੱਲ ਜੇ ਆਪਾਂ ਦੇਖੀਏ ਝਮੇਲ ਵਾਲੀ ਤੋਂ ਮਚਾਕੀ ਮਲ ਸਿੰਘ 20 ਕਿਲੋਮੀਟਰ ਦਾ ਏਰੀਆ ਬਣਦਾ 30 ਕਿਲੋਮੀਟਰ ਦਾ ਉਦੋਂ ਅੱਗੇ ਸੀ ਕੁੱਲ ਜੇ ਆਪਾਂ ਮਚਾਕੀ ਮਲ ਸਿੰਘ ਤੋਂ ਹਰੀ ਕੇ ਪੱਤਣ ਦੇਖੇ 65 ਕਿਲੋਮੀਟਰ ਦਾ ਏਰੀਆ ਬਣਦਾ ਉਦੋਂ ਅੱਗੇ ਭੁੱਲ ਜਾਣੋ 65 ਕਿਲੋਮੀਟਰ ਦਾ ਏਰੀਆ ਇੱਥੇ ਠੇਕੇਦਾਰਾਂ ਨੂੰ ਵੀ ਚੇਤਾਵਨੀ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਤੁਹਾਡੀਆਂ ਮਸ਼ੀਨਾਂ ਇੱਥੇ ਖੜੀਆਂ ਗਲ ਜਾਣਗੀਆਂ ਇਸ ਕਰਕੇ ਇੱਥੋਂ ਅੱਜ ਉਹ 5 ਨੂੰ ਵੀ ਅਸੀਂ ਮੁਦਕੀ ਇਕੱਠ ਰੱਖਿਆ ਸੀਗਾ ਘਲਖੁਰਦ ਅੱਜ ਫਰੀਦਕੋਟ ਦੇ ਵਿੱਚ ਮਾਰਚ ਹੈ ਅੱਜ ਵੀ ਅਸੀਂ ਇੱਥੇ ਪਹੁੰਚੇ ਹਾਂ ਅਤੇ ਚੁੱਕੇ ਇਹ ਪਾਣੀ ਇਕੱਲਾ ਅਸੀਂ ਨਹਿਰਾਂ ਨਹੀਂ ਪੱਕੀਆਂ ਹੋਣ ਤੋਂ ਰੋਕਣੀਆਂ ਕੰਕਰੀਟ ਪਾਉਣ ਤੋਂ ਲਫਾਫਾ ਪਾਉਣ ਤੋਂ ਇਹ ਪਾਣੀ ਪੰਜਾਬ ਦਾ ਸਾਰੀ ਲੜਾਈ ਇੱਥੇ ਨਹੀਂ ਮੁੱਕਣੀ ਵੀ ਅੱਜ ਤੁਸੀਂ ਇਹ ਨਹਿਰਾਂ ਪੱਕੀਆਂ ਕਰਨ ਤੋਂ ਰੋਕ ਦੋਗੇ ਲੜਾਈ ਮੁੱਕ ਗਈ ਸਾਡਾ ਪਾਣੀ ਜਿਹੜਾ 47 ਤੋਂ ਲੈ ਕੇ ਲੁੱਟਿਆ ਗਿਆ ਸਾਡੇ ਪਾਣੀ ਦੇ ਡਾਕੇ ਵੱਜੇ ਪੰਜਾਬ ਬੰਜਰ ਹੋਣ ਦੇ ਕਿਨਾਰੇ ਆ ਕੇ ਖੜ ਗਿਆ ਸਾਡੇ ਕੋਲ 10 ਸਾਲ ਦਾ 15 ਸਾਲ ਦਾ ਪਾਣੀ ਬਚਿਆ ਖੋ ਕੇ ਪਾਣੀ ਤੁਸੀਂ ਸਾਡਾ ਲੈ ਗਏ ਆ ਇਹ ਪਾਣੀ ਅਸੀਂ ਪੰਜਾਬ ਮੋੜ ਕੇ ਲਿਆਉਣਾ ਇਹ ਨਰਾਂ ਦੇ ਨੱਕੇ ਮਾਰਨੇ ਪੈਣੇ ਆ ਅਤੇ ਇਹ ਨੱਕੇ ਪੰਜਾਬ ਦੇ ਲੋਕ ਉੱਠ ਕੇ ਮਾਰਨਗੇ ਜਗਾਵਾਂਗੇ ਲੋਕਾਂ ਨੂੰ ਅੱਗੇ ਲਾ ਕੇ ਲੜਾਈ ਲੜਾਂਗੇ ਸੋ ਇਸ ਲਈ ਅੱਜ ਅਸੀਂ ਮਿਸਲ ਸਤਲੁਜ ਵੱਲੋਂ ਮੇਰੇ ਨਾਲ ਬਾਈ ਦਵਿੰਦਰ ਸਿੰਘ ਸੇਖੋਂ ਜਿਨ੍ਹਾਂ ਦੇ ਬਾਈ ਅਜੇਪਾਲ ਸਿੰਘ ਬਰਾੜ ਦਲੇਰ ਸਿੰਘ ਡੋੜ ਅਮਤੋਜ ਸਿੰਘ ਮਾਨ ਜੀ ਸਾਰੇ ਜਿੰਨੀ ਸਾਡੀ ਜਥੇਬੰਦੀ ਆ ਉਹ ਵੀ ਆਏ ਆ ਇਹਨਾਂ ਦਾ ਸਹਿਯੋਗ ਕਰਨ ਆਏ ਆ ਸੋ ਇਹ ਸਾਰਿਆਂ ਨੂੰ ਰਲ ਕੇ ਇੱਥੇ ਹੁਣ ਜਥੇਬੰਦੀਆਂ ਦੀ ਜਾਂ ਕਿਸੇ ਵਿਚਾਰਧਾਰਾ ਵੱਖਰੀ ਦੀ ਗੱਲ ਨਹੀਂ ਰਹਿ ਗਈ ਪਾਣੀ ਹਰ ਇੱਕ ਨੂੰ ਲੋੜੀਦਾ ਸ਼ਹਿਰੀ ਆ ਪੇਂਡੂ ਆ ਕਿਸਾਨ ਆ ਮਜ਼ਦੂਰ ਆ ਸ਼ਹਿਰ ਵਾਲੇ ਬਹੁਤ ਵਿਚਾਰੇ ਜਿਹੜੇ ਸੇਠ ਨੇ ਮਹਾਜਨ ਨੇ ਉਹ ਵੀ ਇਸ ਗੱਲ ਨੂੰ ਸਮਝ ਰਹੇ ਨੇ ਸਭ ਤੋਂ ਪਹਿਲਾਂ ਜੇ ਪਾਣੀ ਮੁੱਕਿਆ ਸ਼ਹਿਰ ਮਰਨਗੇ ਸੋ ਇਸ ਕਰਕੇ ਇਹ ਲੜਾਈ ਦੇ ਵਿੱਚ ਆਪੋ ਆਪਣੀ ਵਿਚਾਰਧਾਰਾ ਆਪੋ ਆਪਣੀ ਧੜੇਬਾਜ਼ੀ ਪਾਰਟੀਬਾਜ਼ੀ ਤੋਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਸਾਰੇ ਸਮੁੱਚੇ ਪੰਜਾਬ ਨੂੰ ਪੰਜਾਬ ਦੇ ਪਾਣੀ ਬਚਾਉਣ ਲਈ ਲੜਨਾ ਚਾਹੀਦਾ ਲੱਖਾ ਪਿਛਲੇ ਦਿਨ ਤੁਸੀਂ ਵੇਖਿਆ ਹੋਣਾ ਕਿ ਫਰੀਦਕੋਟ ਦੇ ਨਹਿਰ ਦੇ ਇੱਕ ਵਿਚਾਲੇ ਨੂੰ ਪਾੜ ਪਿਆ ਸੀਗਾ ਤਾਂ ਉਦੋਂ ਅਧਿਕਾਰੀਆਂ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਜਿਹੜੀਆਂ ਨਹਿਰਾਂ ਨੂੰ ਮੁਰੰਮਤ ਨਹੀਂ ਨਾ ਕਰਨ ਦਿੰਦੇ ਉਸ ਦਾ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਾਂ ਹੋਰ ਮੁਕਰੇਗਾ ਦੇਖ ਅਸੀਂ ਨਹਿਰੇ ਤੁਸੀਂ ਦੇਖੋ ਪੰਜਾਬ ਦੇ ਅੱਧੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੇ ਖਾਲ ਵਾਹਤੇ ਧੋਰੀ ਖਾਲ ਵਾਹਤੇ ਸੂਏ ਢਾਹ ਤੇ ਕੱਸੀਆਂ ਢਾਹ ਤੀਆਂ ਪੱਕੀਆਂ ਵੀ ਅਸੀਂ ਤਾਂ ਪਾਣੀ ਨਹਿਰੀ ਵਰਤਣੇ ਨਹੀਂ ਕਿਉਂਕਿ ਲਾਲਚ ਹੋ ਗਿਆ ਉਹ ਪਾਣੀ ਸਾਨੂੰ ਨਹਿਰ ਦਾ ਪਾਣੀ ਵਾਰੀ ਪੁੱਛਣੀ ਪੈਂਦੀ ਰਾਤ ਨੂੰ ਲਾਉਣਾ ਪੈਂਦਾ ਖਾਲ ਘੜਨਾ ਪੈਂਦਾ ਮੁੱਘ ਤੋਂ ਛੱਡ ਕੇ ਲਾਉਣਾ ਪੈਂਦਾ ਅਸੀਂ ਨਹਿਰੀ ਪਾਣੀ ਮੰਗ ਹੀ ਛੱਡਤੀ ਜਿਹਦੇ ਕਰਕੇ ਧਰਤੀ ਹੇਠਲਾ ਪਾਣੀ ਹੁਣ ਤਾਂ ਇਹ ਨਾਸਾ ਨੇ ਕਹਿੰਦਾ ਸਾਡੇ ਕੋਲ 15 ਸਾਲ ਦਾ 15 ਸਾਲ ਬਾਅਦ ਇਹ ਧਰਤੀ ਤਬਾਹ ਹੋ ਜਾਣੀ ਆ ਇਸ ਲਈ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਇਹ ਕੰਮ ਕੀਤਾ ਪਹਿਲਾਂ ਤਾਂ ਲੋਕਾਂ ਨੂੰ ਇਹ ਭਰਮਾਇਆ ਗਿਆ ਕਿ ਸੇਮ ਆ ਸੇਮ ਹੈ ਹਾਲਾਂਕਿ ਮੈਂ ਅਸੀਂ ਹਰੀ ਕੇ ਪੱਤਣ ਤੋਂ ਲੈ ਕੇ ਫਰੀਦਕੋਟ ਤੱਕ ਦੇ ਪਿੰਡਾਂ ਤੱਕ ਗਏ ਹਾਂ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਨੇ ਦੱਸਿਆ ਪਿੰਡਾਂ ਨੇ ਦੱਸਿਆ ਕਿ ਸਾਡੇ ਕੋਲ 35 ਸਾਲ ਪਹਿਲਾਂ ਸੇਮ ਸੀ ਹੁਣ ਕਿੱਥੇ ਸੇਮ ਹੈ ਇਹੀ ਮੈਂ ਅੱਜ ਉਹਨਾਂ ਲੋਕਾਂ ਕੋਲ ਕਹਿ ਕੇ ਆਇਆ ਮੈਂ ਕਿਹਾ ਸੇਮ ਦਾ ਸੰਬੰਧ ਨਹਿਰਾਂ ਨਾਲ ਨਹੀਂ ਆ ਜੇ ਅੱਜ ਉੱਥੋਂ ਸੇਮ ਚਲੀ ਗਈ ਨਹਿਰਾਂ ਤਾਂ ਅੱਜ ਵੀ ਉੱਥੇ ਹੈਗੀਆਂ ਨੇ ਉਹਦੇ ਕਿਹੜਾ ਕੋਈ ਲਫਾਫਾ ਪੈ ਗਿਆ ਸੇਮ ਤਾਂ ਪੰਜਾਬ ਦੇ ਵਿੱਚ ਉੱਥੇ ਵੀ ਹੈਗੀ ਜਿੱਥੇ ਨਹਿਰਾਂ ਦੂਰ ਦੂਰ ਤੱਕ ਹੈ ਨਹੀਂ ਸੇਮ ਤਾਂ ਰਸਤਿਆਂ ਟਿੱਬਿਆਂ 'ਚ ਵੀ ਚਲੀ ਗਈ ਸੇਮ ਤੁਰਦੀ ਫਿਰਦੀ ਹੈ ਦੇਖੋ ਜਿੱਥੇ ਇਹ ਪਾਣੀ ਰੁਕਣਾ ਬੂੰਦ ਥੱਲੇ ਨਹੀਂ ਜਾਣੀ ਪਾਣੀ ਖਾਰਾ ਵੀ ਹੋਣਾ ਪਾਣੀ ਡੂੰਘਾ ਵੀ ਹੋਣਾ ਧਰਤੀ ਹੇਠਾਂ ਪਾਣੀ ਇਹਨਾਂ ਲੋਕਾਂ ਦੇ ਮਾੜੇ ਆ ਬਹੁਤ ਜ਼ਿਆਦਾ ਮਾੜੇ ਆ ਪਾਣੀ ਪੀਣ ਯੋਗ ਹੈ ਨਹੀਂ ਨਾ ਫਸਲਾਂ ਨੂੰ ਲਾਉਣ ਯੋਗ ਵਾਲੇ ਆ ਇਸ ਕਰਕੇ ਨਹਿਰੀ ਪਾਣੀ ਦੇ ਉੱਤੇ ਹੀ ਇਹ ਲੋਕ ਜਾਉਂਦੇ ਆ
उन्होंने लोगों भी अपील करी, चलो उन्होंने लोग समझे नहीं, उन्होंने मर्जी है। वो 18 किलोमीटर का एरिया उन्होंने पवाया, पर उदू बाद किसी पास कुछ सेम नहीं, ये असी पैन नहीं देना। तो गल होर याद रखियो, तुम गल की नहर, तुम ये देखो 1857-58 दिन नहर बनिया ने पंजाब, कच्चिया नहर ने, तुम कि सुनिया नहर टुट गई, कच्चिया अंग्रेजा ने नहर बनाइया, पटाई दियां भी बनाई दियां भी वो नहीं टुटिया, तो यह फिर भी इटा ना पक्या होंगे किमें टुट दियां ने, जो सफाई नहीं करनी जानबुझ के तोड़ दियां ने। हुण आने वाला समा सानू इस सचेत रहने की लड़ है, जानबुझ के तोड़नगे, क्योंकि किसी भी तरीके इन्होंने पंजाब का पानी खोना। हुण जो नहर पक्की होंगी है, अभी पहले बार बार गल तो जोर दे रहे बोल रहे हैं कि पिंड तो मरनगी, साडा कि चलाकी दे नाल पक्कियां करके 6000 क्यूसक पानी होर पा लेना, 1850 क्यूसक पानी इन्होंने डेढ़ दरिया पा के लै जाना। सो चलाकी दे नाल पानी खोण दियां गल्लां ने, इस करके साडे लोगों नू असल मुद्दे तो ध्यान पासे करके पानी हुण किड्डा अहम मुद्दा पानियां दा, पर इधर नू ना करे साडे सरकारां ने ध्यान दित्ता, साडे लीडरां ने किन्नियां सरकारां किन्नियां आईयां, हिमाचल वालां ने कानून लियांदा कहिंदे असी डैमां तों जिहड़ी पैदा हुंदी है बिजली उहदा पंजाब सानू पैसा देवे, उहदा कानून बना रहे हैं। तुसीं क्यों नहीं 78-80 दे उत्ते जांदे, जिहड़ा 1966 दा पुनर्गठन एक्ट आया, जिहदियां धारावां ने जिहदे तहत केंद्र ने साडा पानियां दा साडे डैमां दा हक उहदा प्रबंध सारा अपने अधीन कर लिया, असीं उह लड़ाई क्यों नहीं लड़दे। मेरी कल स्पीकर साहब नाल गल हुई, मैं उन्होंने भी कहा, मैं क्या वो 78-80 वाली जी सुप्रीम कोर्ट लैके जाओ, चाहे अंतरराष्ट्रीय अदालत ले जाओ, UNO ले जाओ, वो मुद्दा वो धरावान खत्म कराओ, डैमों का प्रबंध साढ़े को जो पानी का हक साडा साढ़े को होना चाहिए, जो दूजे सूबे का पानी का प्रबंध डैमों का प्रबंध उन्होंने को है तो पंजाब का क्यों नहीं। सो इस करके ना साढ़े लोगों ने कहते पिंड आए लीडर कोई सरकार बदलिया, कोई नेड़े बंदे कनैक्शन दे दौ जी, बिल माफ़ कर दौ जी, वो इस करके दिल्ली कहती अज भी कि पंजाब को पानी बहुत है, पंजाब का पानी लोड़ नहीं, उन्होंने खो के कोई दिल्ली देता कोई राजस्थान देता, हूँ हेटला असी मुका लिया आ नहरी पानी साढ़ा खो के लै गए, तड़प तड़प के पंजाब ने मरना। इस करके अपील करते हैं कि उठ के पानी बचाने लड़ो।